ਕਮੈਂਟਸ ਆਫ ਮੋਰਚੇ ਤੋਂ ਕਰ ਲੈਣੇ ਆ ਪਹਿਲਾਂ ਤਾਂ ਐਫ ਆਈ ਆਰ ਦੀ ਗੱਲ ਕਰ ਲਈ ਇੱਕ ਚੰਡੀਗੜ੍ਹ ਪੁਲਿਸ ਨੇ ਕਰਤੀ ਜੀ ਤੇ ਦੂਸਰਾ ਘਟਤੀ ਪੰਜਾਬ ਪੁਲਿਸ ਨੇ 70 98 ਸੈਕਟਰ ਦੇ ਵਿੱਚ ਤਾਂ ਪਹਿਲਾਂ ਮੈਂ ਚਾਹੁੰਦਾ ਸੀ ਕਿ ਉਹਦੇ ਤੇ ਗੱਲ ਕਰ ਲਈਏ ਫਿਰ ਜਿਹੜਾ ਉਹ ਅੱਗੇ ਚੱਲਦੇ ਹਾਂ ਤੁਹਾਨੂੰ ਇਹ ਦੇਖੋ ਐਫ ਆਈ ਆਰ ਤਾਂ ਹੁੰਦੀ ਆ ਜੀ ਐਫ ਆਈ ਆਰ ਸੰਘਰਸ਼ ਦੇ ਵਿੱਚ ਨਹੀਂ ਹੋਏਗੀ ਤਾਂ ਹੁਣ ਐਫ ਆਈ ਆਰ ਹੋਰ ਕਿੱਥੇ ਹੋਏਗੀ ਜੀ ਚੱਲਦੀ ਫਿਲਮ ਵਿੱਚ ਦੇ ਵਿੱਚ ਥੋੜੀ ਐਫ ਆਈ ਆਰ ਹੋਏਗੀ ਕਿ ਸਿਨੇਮੇ ਵਿੱਚ ਕਿਉਂ ਬੈਠੇ ਹੋ ਤੁਸੀਂ ਜੀ ਤਾਂ ਗੱਲ ਇਹ ਹੈ ਕਿ ਹੁਣ ਐਫ ਆਈ ਆਰ ਤਾਂ ਸੰਘਰਸ਼ਾਂ 'ਚ ਹੀ ਹੋਏਗੀ ਜੀ ਗੱਲਿਆ ਕਿ ਐਫ ਆਈ ਆਰ ਵੇਖੋ ਤੁਸੀਂ ਕਿੰਨੀ ਦਿਲਚਸਪ ਹੈ ਕਹਾਣੀ ਕਿ ਜਿਹੜੀ ਮੋਹਾਲੀ ਵਾਲੀ ਐਫ ਆਈ ਆਰ ਉਹਦੇ ਚਾਨਪੇਛਾਤੇ ਜੀ ਜਦ ਕਿ ਮੋਹਾਲੀ ਪੁਲਿਸ ਵੀ ਉੱਥੇ ਬੈਠੀ ਹੈ ਜੀ ਉਸੇ ਬਾਰਡਰ ਲਾਈਨ ਤੇ ਉੱਥੇ ਚੰਡੀਗੜ੍ਹ ਪੁਲਿਸ ਦੀ ਦੋਨੋਂ ਇਕੱਠੀਆਂ ਹਾਂ ਜੀ ਉਹਨਾਂ ਨੇ ਸਿਆਣ ਲੈ ਜੀ ਉਹਨਾਂ ਨੇ ਭਾਈ ਜਿਨਨੇ 7-8 ਆਗੂ ਸੀਗੇ ਮੋਰੀ ਜੀ ਉਹਨਾਂ ਸਾਰਿਆਂ ਨੂੰ ਹੀ ਨਾਮਜ਼ਦ ਕਰਕੇ ਚਿੰਦ ਦਿੱਤਾ ਜੀ ਤੇ ਮੋਹਾਲੀ ਪੁਲਿਸ ਕਹਿੰਦੀ ਕਿ ਵੀ ਆ ਆਪਾਂ ਨਹੀਂ ਜਾਣਦੇ ਵੀ ਆਪਾਂ ਨਹੀਂ ਜਾਣਤਾ ਤੇ ਇਹ ਕਮਾਲ ਦਾ ਫੈਕਟ ਉਸ ਐਫ ਆਈ ਆਰ ਦੇ ਵਿੱਚੋਂ ਨਿਕਲਿਆ ਜਿਹੜੀ ਚੰਡੀਗੜ੍ਹ ਨੇ ਦਰਜ ਕੀਤੀ ਹੈ ਜੀ ਰਹੀ ਗੱਲ ਐਫ ਆਈ ਆਰ ਦੇ ਵਿੱਚ ਧਾਰਾ ਤਾਂ ਬਹੁਤ ਨੇ ਜਿੱਦਾਂ 307 ਸਭ ਤੋਂ ਵੱਡੀ ਧਾਰਾ ਹੈ ਕਿ ਤੁਸੀਂ ਕਿਸੇ ਨੂੰ ਵੀ ਮਾਰਨ ਦੀ ਨੀਅਤ ਨਾਲ ਅਟੈਕ ਕਰਦੇ ਹੋ ਇਸ ਤੋਂ ਇਲਾਵਾ ਹੋਰ ਧਾਰਾ ਵਿੱਚ ਹੀ ਆ ਗਈਆਂ ਸਾਰਾ ਕੁਝ ਆ ਗਿਆ ਸਭ ਤੋਂ ਵੱਡੀ ਗੱਲ ਇਹਨਾਂ ਨੇ ਜਿਹੜੀ ਲਿਖੀ ਹੈ ਐਫ ਆਈ ਆਰ ਦੇ ਵਿੱਚ ਉਹ ਇਹ ਆ ਕਿ ਸਾਡਾ ਅਸਲਾ ਸਾਡੇ ਹੋਰ ਕੁਝ ਮਤਲਬ ਕਿ ਜਿਹੜੇ ਸਕਿਉਰਟੀ ਨਾਲ ਜੁੜਿਆ ਸਾਜੂ ਸਮਾਨ ਹੁੰਦਾ ਉਹ ਲੁੱਟ ਕੇ ਲੈ ਗਏ ਨੇ। ਅੱਛਾ ਜੀ। ਇਹ ਵੀ ਵੱਡੀ ਗੱਲ ਲਿਖੀ ਆ। ਜੀ। ਮਤਲਬ ਕਿ ਇਸ ਤਰ੍ਹਾਂ ਉਹਨਾਂ ਨੇ ਇਹ ਸਾਰੀਆਂ ਚੀਜ਼ਾਂ ਮੈਂਸ਼ਨ ਕੀਤੀਆਂ ਨੇ ਐਫ ਆਈ ਆਰ ਦੇ ਵਿੱਚ ਪਰ ਜੀ। ਐਦੋਂ ਵੀ ਵੱਡੀ ਗੱਲ ਇੱਕ ਹੋਰ ਲਿਖੀ ਗਈ ਆ ਕਿ ਮੌਕੇ ਪਰ ਨਵਰਾਜ ਮਾਨ ਓ ਐਸ ਡੀ ਟੂ ਸੀ ਐਮ ਜੀ ਉਹ ਉੱਥੇ ਪਹੁੰਚੇ ਹੋਏ ਸਨ। ਜੀ। ਉਹਨਾਂ ਨੇ ਗੱਲਬਾਤ ਜਿਹੜੀ ਆ ਟੋਰੀ ਆ ਮੈਮੋਰੰਡਮ ਲੈਣ ਦੀ ਗੱਲ ਕਹੀ ਗਈ ਆ। ਪਰ ਉਹ ਕਹਿੰਦੇ ਆ ਕਿ ਜੀ ਬਾਅਦ ਚ ਉਹ ਚਲੇ ਗਏ ਨੇ ਤੇ ਉਸ ਤੋਂ ਬਾਅਦ ਸਥਿਤੀ ਜਿਹੜੀ ਵਿਗੜੀ ਆ। ਮਤਲਬ ਕਿ OSD ਉੱਥੇ ਪਹੁੰਚੇ ਹੋਏ ਸੀਗੇ ਤਾਂ ਫਿਰ ਉਹਨਾਂ ਨੂੰ ਉੱਥੇ ਥੋੜਾ ਹੋਰ ਰੁਕਣਾ ਚਾਹੀਦਾ ਸੀ ਮੇਰੇ ਖਿਆਲ ਨਾਲ ਗੱਲਬਾਤ ਕਰਨੀ ਚਾਹੀਦੀ ਸੀ ਜੀ ਤੇ ਜੇ ਇਹੀ ਚੀਜ਼ਾਂ ਕਰਨੀਆਂ ਨੇ ਤਾਂ ਬਹੁਤ ਪਹਿਲਾਂ ਤੁਹਾਨੂੰ ਇਹ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਸੀਗੀਆਂ ਜੀ ਤਾਂ ਵੈਸੇ ਜਿਹੜੀ FIR ਦੀ ਕਹਾਣੀ ਹੈ ਇਹਦੇ ਤੋਂ हट ਕੇ ਜਿਹੜੀ ਅੱਜ ਦੀ ਅਪਡੇਸ਼ਨ ਹੈ ਉਹ ਵੇਖਣ ਵਾਲੀ ਆ। ਜੀ ਕਿ ਦੇਖੋ ਅੱਜ ਨਵੀਂ ਸਵੇਰ ਨਵੀਂ ਸ਼ੁਰੂਆਤ ਜੀ ਜਿਦਾ ਦੁਨੀਆ ਦੇ ਵਿੱਚ ਹੁੰਦਾ ਹੈ ਤਾਂ ਅੱਜ ਉਥੇ ਸਭ ਦੀ ਨਿਗਾ ਸੀ ਕਿ ਜਥਾ ਤਾਂ ਐਲਾਨੀਆਂ ਪ੍ਰੋਗਰਾਮ ਦੇ ਮੁਤਾਬਕ ਫਿਰ ਰਵਾਨਾ ਹੋਵੇਗਾ ਅੱਗੇ ਫੇਰ ਬੈਰੀਕੇਡ ਅੱਗੇ ਫੇਰ ਬਾਰਡਰ ਜੀ ਤੇ ਵਾਕਿਆ ਅੱਜ ਉਹਨਾਂ ਨੇ ਜਿਹੜੀ ਬਾਰਡਰ ਤੇ ਤਾਰਬੰਦੀ ਕੀਤੀ ਹੋਈ ਸੀ ਜਾਂ ਭਰ ਕੇ ਮਿੱਟੀ ਦੇ ਨਾਲ ਟਿੱਪਰ ਖਿਲਾਰੇ ਹੋਏ ਸਨ ਉਹ ਦਿੱਲੀ ਦਾ ਹੀ ਚੇਤਾ ਕਰਵਾ ਗਏ ਕਿਤੇ ਨਾ ਕਿਤੇ ਜੀ ਕਿਉਂਕਿ ਯੂਟੀ ਪ੍ਰਸ਼ਾਸਨ ਜਿਹੜਾ ਸੀਗਾ ਉਹ ਕੱਲ ਦਾ ਤਰਬਕਿਆ ਪਿਆ ਸੀਗਾ ਕਿ ਸਾਡੇ ਨਾਲ ਇਹ ਬਣਿਆ ਕੀ ਆ ਜੀ ਉਹਨਾਂ ਨੇ ਤਾਂ ਸਿੱਧੇ ਤੌਰ ਤੇ ਪੰਜਾਬ ਪੁਲਿਸ ਤੇ ਵੀ ਦੋਸ਼ ਲਾਏ ਕਿ ਇਹਨਾਂ ਨੇ ਸਾਨੂੰ ਸੂਚਿਤ ਹੀ ਨਹੀਂ ਕੀਤਾ ਪੰਜਾਬ ਪੁਲਿਸ ਵਾਲੇ ਕਹਿੰਦੇ ਨੇ ਕਿ ਨਹੀਂ ਜੀ ਅਸੀਂ ਇਹਨਾਂ ਨੂੰ ਪਲਦਰ ਪਲ ਜਿਹੜੀ ਵੀ ਮੂਵਮੈਂਟ ਸੀਗੀ ਜੋ ਵੀ ਉੱਥੇ ਚੱਲ ਰਿਹਾ ਸੀਗਾ ਉਹਦੀ ਸਾਰੀ ਅਸੀਂ ਇਹਨਾਂ ਨੂੰ ਜਾਣਕਾਰੀ ਦਿਤਤੀ ਜੋ ਵੀ ਮੂਵਮੈਂਟ ਹੋ ਰਹੀ ਸੀਗੀ ਜੀ ਤਾਂ ਖੈਰ ਇਹ ਹੁਣ ਪਤਾ ਨਹੀਂ ਕਿੱਥੇ ਲੈਕ ਰਹਿ ਗਿਆ ਕਿਥੇ ਇਹ ਫਰਕ ਰਹਿ ਗਿਆ ਵਾ ਪਰ ਅੱਜ ਜੇ ਤੁਸੀਂ ਦੇਖੋਗੇ ਜਦੋਂ ਜੱਥਾ ਰਵਾਨਾ ਹੋਇਆ ਉਹਨਾਂ ਨੇ ਬਹੁਤ ਕਰੜਾ ਜਾਪਤਾ ਜਿਹੜਾ ਸੀਗਾ ਨਾ ਉਹ ਉੱਥੇ ਅਪਣਾਇਆ ਹੋਇਆ ਸੀਗਾ ਜੀ ਮਤਲਬ ਕਿ 31 ਜਣਿਆਂ ਤੋਂ ਸਿਵਾਏ ਉਹਨਾਂ ਨੇ ਕਿਹਾ ਕਿ ਬਤਮਾ ਬੰਦਾ ਜਾਏਗਾ ਹੀ ਨਹੀਂ ਜੀ ਪਰ ਜਿੱਥਾ ਪੂਰੀ ਗਿਣਤੀ ਚ ਹੋਏਗਾ ਉਸ ਤੋਂ ਬਿਨਾਂ ਸਾਡੀ ਕੋਈ ਬਿਮਾਰੀ ਜਾਂ ਕੋਈ ਜਾਂਦਾ ਐਕਸਟਰਾ ਬੰਦਾ ਤਾਂ ਆਪਣੀ ਇਹਨਾਂ ਕਿ ਜਾਣਾ ਹੀ ਨਹੀਂ ਹੈ ਜਦੋਂ ਅੱਛਾ ਜੀ ਗੱਲ ਹੀ ਖਤਮ ਹੈ ਤੇ ਦੂਜੀ ਗੱਲ ਨਾਲ ਇਹ ਕੀਤੀ ਉਹਨਾਂ ਨੇ ਕਿ ਜਿਹੜੇ ਬੰਦੇ ਜਾਣੇ ਸੀਗੇ ਉਹਨਾਂ ਨੂੰ ਬਕਾਇਦਾ ਉਹਨਾਂ ਨੇ ਲਿਸਟਡ ਕੀਤਾ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਕਾਲ ਕੀਤਾ ਗਿਆ ਵਾਜਾ ਮਾਰੀਆਂ ਗਈਆਂ ਨਾਮ ਪੁਕਾਰੇ ਗਏ ਫਿਰ ਉਹਨਾਂ ਦੇ आले-ਦuale ਇੱਕ ਹਿਊਮਨ ਚੇਨ ਬਣਾਈ ਗਈ ਮਨੁੱਖੀ ਚੇਨ ਬਣਾਈ ਗਈ ਕਿ ਕੋਈ ਦੂਸਰਾ ਬੰਦਾ ਭੁੱਲ ਭੁਲੇਖੇ ਵਿੱਚ ਐਂਟਰ ਨਾ ਹੋ ਜਾਵੇ ਜੀ ਸ਼ਾਇਦ ਇਹਨਾਂ ਨੇ ਸੋਚਿਆ ਹੋਵੇਗਾ ਕੁਈ ਸ਼ਰਾਰਤੀ ਤੱਤ ਹੈ ਜਿਹੜਾ ਉਹ ਵਿੱਚ ਨਾ ਵੜ ਜਾਵੇ ਜੀ ਫਿਰ ਜੇ ਮਾਹੌਲ ਗਰਮਾ ਗਰਮਾ ਜਾਂਦਾ ਤਾਂ ਮਾਮਲਾ ਬਹੁਤ ਕਸੂਤਾ ਬਣ ਜਾਏਗਾ ਜੀ ਇਸ ਕਰਕੇ ਅੱਜ ਉਹਨਾਂ ਦਾ ਜਾਬਤਾ ਠਰਮਾ ਤੇ ਕੰਮ ਕਰਨ ਦਾ ਤਰੀਕਾ ਉਹ ਅੱਜ ਵੱਖਰਾ ਨਜ਼ਰ ਆਇਆ ਜੀ ਦੂਜੀ ਗੱਲ ਇਹ ਆ ਕਿ ਉੱਥੇ ਪੁਲਿਸ ਵੀ ਅੱਜ ਐ ਬਿਲਕੁਲ ਜਿਦਾਂ ਕਹੋ ਠੀਕ ਹੈ ਪ੍ਰਬੰਧ ਉਹਨਾਂ ਦੇ ਆਪਣੇ ਪੱਧਰ ਤੇ ਸਨ ਪਰ ਪੁਲਿਸ ਬਿਲਕੁਲ ਬੇਫਿਕਰ ਜੀ ਨਜ਼ਰ ਆਈਆ ਮੈਨੂੰ ਇਹੋ ਲੱਗਿਆ ਕਿ ਸ਼ਾਇਦ ਕੱਲ ਦੇ ਇਸ ਭੇੜ ਤੋਂ ਬਾਅਦ ਆਪਸ ਚ ਕਿਤੇ ਨਾ ਕਿਤੇ ਕੋਈ ਗੱਲਬਾਤ ਜ਼ਰੂਰ ਚੱਲੀ ਆ ਜੀ ਦੇਖੋ ਜਿਹੜੀ ਐਫ ਆਈ ਆਰ ਵਗੈਰਾ ਹੁੰਦੀਆਂ ਨੇ ਇਹ ਰੱਦ ਰੁੱਦੋ ਜਾਂਦੀਆਂ ਨੇ ਇਹ ਰੱਦੂ ਵੱਦੂ ਹੋ ਜਾਂਦੀਆਂ ਹੁੰਦੀਆਂ ਨੇ ਜੀ ਜਦੋਂ ਗੱਲਾਂ ਤਣਪੱਤਨ ਲੱਗਣ ਜਦੋਂ ਨਵੇੜੇ ਹੋਣ ਇਹਨਾਂ ਦੀ ਕੋਈ ਵੈਲਿਊ ਨਹੀਂ ਰਹਿ ਜਾਂਦੀ ਤੁਸੀਂ ਇੱਕ ਕਿਸਾਨੀ ਅੰਦੋਲਨ ਦੀ ਇੱਕ ਮਿਸਾਲ ਵੇਖੋ ਕਿ ਹਰਿਆਣੇ ਚ ਕਿੰਨੇ ਪਰਚੇ ਦਰਜ ਹੋਏ ਸਨ ਜੀ ਹੌਲੀ 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 ਉਹ ਰੱਦ ਹੋਣੇ ਸ਼ੁਰੂ ਹੋ ਗਏ ਪੰਜਾਬ ਦੇ ਵਿੱਚ ਜਦੋਂ ਡਿਜਾਸਟਰ ਮੈਨੇਜਮੈਂਟ ਐਕਟ ਲੱਗਾ ਸੀਗਾ ਤਾਂ ਉਸ ਵੇਲੇ ਜਦੋਂ ਕਿਸਾਨੀ ਅੰਦੋਲਨ ਦਾ ਮੁੱਢ ਵੱਜਾ ਇਹ ਜਦੋਂ ਜਾ ਕੇ 20-20 ਕੁ ਬੰਦੇ 15-15 ਕੁ ਬੰਦੇ ਇਕੱਠੇ ਕਰਕੇ ਲਾਂਬੰਦੀ ਕਰ ਰਹੇ ਸਨ ਪਿੰਡਾਂ 'ਚ ਤਾਂ ਉਸ ਵੇਲੇ ਵੀ ਪਰਚੇ ਹੋਏ ਪਰ ਲਾਭ ਵੱਡੋਂ ਰੱਦ ਕਰ ਦਿੱਤੇ ਗਏ ਤਾਂ ਐਫ ਆਈ ਆਰ ਜਾਂ ਪਰਚੇ ਜਿਹੜੇ ਆ ਉਹ ਹੁੰਦੇ ਨੇ ਜੀ ਇਹਦੇ 'ਚ ਕੋਈ ਸ਼ੱਕ ਨਹੀਂ ਪਰ ਉਹ ਇੱਕ ਮੌਕੇ ਤੇ ਜਾ ਕੇ ਫਿਰ ਰੱਦੋ-ਬਦੂ ਕਰ ਦਿੱਤੇ ਜਾਂਦੇ ਨੇ ਜੀ ਪਰ ਇਹ ਚੰਗੀ ਗੱਲ ਹੈ ਕਿ ਕੌਮੀ ਇਨਸਾਫ ਮੋਰਚਾ ਜਿਹੜਾ ਉਹ ਸੰਭਲਿਆ ਜੀ ਜਿਵੇਂ ਆਪਾਂ ਦੇਖਿਆ ਸੀਗਾ ਕਿ ਕਿਸਾਨੀ ਅੰਦੋਲਨ ਚ ਵੀ ਕਿ 26 ਜਨਵਰੀ ਤੋਂ ਬਾਅਦ ਇਦਾਂ ਲੱਗਿਆ ਸੀਗਾ ਕਿ ਜਿਵੇਂ ਸਭ ਕੁਝ ਖਤਮ ਹੋ ਜਾਏਗਾ ਪਰ ਉਸ ਤੋਂ ਬਾਅਦ ਫਿਰ ਬਹੁਤ ਮਤਲਬ ਕਿ ਇੱਕ ਰਣਨੀਤਿਕ ਤੈਂਤਰਡੇ ਦੇ ਨਾਲ ਅੱਗੇ ਵਧਿਆ ਗਿਆ ਤਾਂ ਕਾਮਯਾਬੀ ਵੀ ਹੋਈ ਤਾਂ ਕਈ ਵਾਰ ਕੀ ਹੁੰਦਾ ਹੈ ਕਿ ਕੁਝ ਚੀਜ਼ਾਂ ਜਿਹੜੀਆਂ ਵਾਪਰਦੀਆਂ ਮੰਦਭਾਗੀਆਂ ਆਉਂਦੀਆਂ ਨੇ ਪਰ ਉਹ ਤੁਹਾਡੇ ਵਾਸਤੇ ਇੱਕ ਸਬਕ ਬਣ ਜਾਂਦੀਆਂ ਨੇ ਤੁਸੀਂ ਹੋਰ ਚੁਕੰਨੇ ਹੋ ਜਾਂਨੇ ਹੋ ਤੁਸੀਂ ਹੋਰ ਸੁਚੇਤ ਹੋ ਜਾਂਨੇ ਹੋ ਸੁਹਿਰਦ ਹੋ ਜਾਂਨੇ ਹੋ ਤਾਂ ਉਹਦਾ ਫਾਇਦਾ ਵੀ ਮਿਲਦਾ ਹੈ ਜੀ ਤਾਂ ਇਹੀ ਹੈ ਕਿ ਦੇਖੋ ਪੀਸ ਤਾਂ ਤੁਹਾਨੂੰ ਰੱਖਣੀ ਪਵੇਗੀ ਜੀ ਸ਼ਾਂਤੀ ਤੇ ਤੁਹਾਨੂੰ ਰੱਖਣੀ ਪਵੇਗੀ ਕਿਉਂਕਿ ਮੰਗ ਹੀ ਇੱਕ ਇਸ ਤਰ੍ਹਾਂ ਦੀ ਮੰਗ ਹੈ ਕਿ ਜਿਹਦੇ ਵਿੱਚ ਤੁਹਾਨੂੰ ਸਗੂਕ ਸਾਇਆ ਜਾਵੇਗਾ ਜੀ ਲਿਓ ਲਾਇਆ ਜਾਏਗਾ ਕਿਉਂਕਿ ਦੇਖੋ ਗੱਲ ਇਹ ਆ ਜੇ ਆਪਾਂ ਮਾਝੀ ਦੇ ਵਿੱਚ ਵੀ ਵੇਖੀਏ ਇਤਿਹਾਸ ਦੇ ਵਿੱਚ ਵੀ ਵੇਖੀਏ ਦੋਹੇ ਚੀਜ਼ਾਂ ਨਾਲ ਨਾਲ ਚਲਦੀਆਂ ਨੇ ਜੀ ਇੱਕ ਸੰਘਰਸ਼ ਲੜਾਈਆਂ ਜੀ ਤੇ ਦੂਜਾ ਨਾਲ ਨਾਲ ਕੀ ਹੈ ਕਿ ਹਿੰਸਾ ਤੇ ਅਹਿੰਸਾ ਜੀ ਇਹ ਦੋਵੇਂ ਇਕੱਠੀਆਂ ਹੀ ਚੱਲਦੀਆਂ ਨੇ ਚੀਜ਼ਾਂ ਹਿੰਸਾ ਅਹਿੰਸਾ ਤੇ ਸੰਘਰਸ਼ ਲੜਾਈਆਂ ਇਹ ਨਾਲ ਨਾਲ ਚੱਲਦੇ ਨੇ ਠੀਕ ਹੈ ਜੀ ਕਿਸੇ ਦਾ ਰਸਤਾ ਕੋਈ ਹੁੰਦਾ ਕਿਸੇ ਦਾ ਰਸਤਾ ਕੋਈ ਹੁੰਦਾ ਹੈ ਪਰ ਤੁਸੀਂ ਮਿਸਾਲਾਂ ਦੇਖ ਸਕਦੇ ਹੋ ਕਿ ਕਈ ਮੌਕਿਆਂ ਤੇ ਹਾਰਡਕੂ ਐਕਸ਼ਨ ਤੇ ਕਈ ਮੌਕਿਆਂ ਤੇ ਫਿਰ ਜਾ ਕੇ ਤੁਹਾਨੂੰ ਫਿਰ ਪੀਸਫੁਲੀ ਅੱਗੇ ਵਧਣਾ ਪੈਂਦਾ ਹੈ ਜੀ ਜਿਵੇਂ ਹੁਣ ਦੂਰ ਨਾ ਜਾਓ ਸ਼ਹੀਦ ਭਗਤ ਸਿੰਘ ਦੀ ਮਿਸਾਲ ਲੈ ਲਓ ਉਹਨਾਂ ਦਾ ਰਸਤਾ ਮਹਾਤਮਾ ਗਾਂਧੀ ਵਾਲੇ ਰਸਤੇ ਤੋਂ ਅਲੱਗ ਸੀ ਬਿਲਕੁਲ ਦੋਨੇ ਇੱਕ ਦੂਜੇ ਦੇ ਵਿਰੋਧੀ ਦਿਸ਼ਾ 'ਚ ਸਨ ਜੀ ਬਿਲਕੁਲ ਠੀਕ ਹੈ ਜੀ ਜੀ ਉਹਨਾਂ ਦੇ ਐਕਸ਼ਨ ਜਿਹੜੇ ਸੀਗੇ ਅਹਿੰਸਾਵਾਦੀ ਸਨ ਗਾਂਧੀ ਹੋਰਾਂ ਦੇ ਇਹਨਾਂ ਦੇ ਐਕਸ਼ਨ ਜਿਹੜੇ ਸੀਗੇ ਉਹ ਹਿੰਸਾਵਾਦੀ ਸਨ ਜੀ ਮਤਲਬ ਕਿ ਬਲੀਵ ਕਰਦੇ ਸਨ ਕਿ ਭਾਈ ਪਲਟਾ ਤੇ ਫਿਰ ਐਂ ਹੀ ਵਜਣਾ ਜੀ ਪਰ ਜਦੋਂ ਜੇਲ੍ਹ ਚ ਚਲੇ ਜਾਂਦੇ ਨੇ ਤਾਂ ਉੱਥੇ ਕੀ ਹੈ ਹੁਣ ਉੱਥੇ ਤੁਸੀਂ ਨਹੀਂ ਲੜ ਸਕਦੇ ਨਾ ਜੀ ਉੱਥੇ ਤੁਹਾਡੇ ਕੋਲ ਦੂਸਰੇ ਹਿਲੇ ਨਹੀਂ ਹੁੰਦੇ ਤਾਂ ਉੱਥੇ ਉੱਥੇ ਲੜਾਈ ਕੀ ਹੈ ਉੱਥੇ ਪੀਸ ਨਾਲ ਜਿੱਤੀ ਗਈ ਸੀ ਯਾਦ ਹੈ ਨਾ ਭੋਖ ਹੜਤਾਲ ਜੀ ਕਿੰਨੇ ਦਿਨ ਚੱਲੀ ਸੀ ਜਪਾਨ ਜਪਾਨ ਬਾਰੇ ਅੱਜ ਤੁਸੀਂ ਪੜਿਆ ਹੋਵੇਗਾ ਜਪਾਨ ਐ ਆ ਜੀ ਐ ਆ ਜੀ ਐ ਆ ਜੀ ਠੀਕ ਹੈ ਨਾ ਜਪਾਨ ਦੀ ਕਦੇ ਹਿਸਟਰੀ ਪੜ ਕੇ ਦੇਖਿਓ ਹਜ਼ੂਰ ਇਹ ਤਾਂ ਅੱਜ ਦਾ ਜਿਹੜਾ ਚైనా ਇਹਨਾਂ ਨਾਲੋਂ ਵੀ ਖਤਰਨਾਕ ਸਨ ਜੀ ਮਨਚੂਰੀਅਨ ਦੇ ਵਿੱਚ ਇਹਨਾਂ ਨੇ ਰਸ਼ੀਆ ਤੇ ਚైనా ਦੋਵੇਂ ਠੋਕ ਦਿੱਤੇ ਸੀਗੇ ਜੀ ਦੋਨੇ ਹਰਾ ਦਿੱਤੇ ਸਨ ਜਦੋਂ ਇਹ ਬਸਤੀਵਾਦੀ ਸਾਮਰਾਜ ਲੈ ਕੇ ਤੇ ਬੜੇ-ਬੜੇ ਸੁਪਨੇ ਸੰਜੋ ਕੇ ਅੱਗੇ ਵਧ ਰਹੇ ਸਨ ਜੀ ਪਰ ਇੱਕ ਮੌਕੇ ਤੇ ਕੀ ਹੋਇਆ ਕਿ ਜਦੋਂ ਬਹੁਤ ਵੱਡਾ ਨੁਕਸਾਨ ਹੋ ਗਿਆ ਹਰ ਹਰਬਰ ਤੇ ਵੀ ਜਾ ਕੇ ਇਹਨਾਂ ਨੇ ਤਬਾਹੀ ਕੀਤੀ ਸੀਗੀ ਨਾ ਜੀ ਮਤਲਬ ਕਿ ਠੋਕਦੇ ਸੀ ਇਹ ਟਕਾ ਟਕਾ ਕੇ ਜੀ ਪੂਰੇ ਐਕਸ਼ਨ ਘੈਂਟ ਕੀਤੇ ਦੁਨੀਆ 'ਚ ਪਰ ਜਦੋਂ ਇੱਕ ਮੌਕਾ ਐਸਾ ਆਇਆ ਕਿ ਤਬਾਹੀ ਹੋ ਗਈ ਫਿਰ ਉੱਥੋਂ ਇੱਕ ਦੂਸਰਾ ਸਫ਼ਰ ਸ਼ੁਰੂ ਕੀਤਾ ਉਹਨਾਂ ਨੇ ਕਿ ਭਾਈ ਨਹੀਂ ਯਾਰ ਆਪਾਂ ਹੁਣ ਪੀਸ ਰੱਖ ਕੇ ਤੇ ਤਰੱਕੀ ਵੱਲ ਵਧੀਏ ਤਾਂ ਫਿਰ ਉਹਨਾਂ ਨੇ ਦੁਨੀਆ ਦੇ ਵਿੱਚ ਮਸਾਲਾ ਪੈਦਾ ਕੀਤੀਆਂ ਉਹਨਾਂ ਦੀ ਆਪਣੀ ਤਾਂ ਕੋਈ ਵੱਡੀ ਆਰਮੀ ਐ ਨਹੀਂਗੀ ਸਿਕਿਉਰਿਟੀ ਦਾ ਜਿੰਮਾ ਯੂਐਸ ਜਿਹਦੇ ਨਾਲ ਲੜਿਆ ਜੀ ਜਾਪਾਨੀ ਹਿਸਟਰੀ ਦੇ ਪਾਰਟ ਨੇ ਇਹ ਪਰ ਹੁਣ ਹੁਣ ਹਾਲਾਤ ਇਸ ਤਰ੍ਹਾਂ ਦੇ ਬਣ ਰਹੇ ਨੇ ਕਿਉਂਕਿ ਹਾਲਾਤ ਦੇ ਮੁਤਾਬਕ ਆਪਾਂ ਕਹਿ ਰਹੇ ਹਾਂ ਨਾ ਕਿ ਤੁਹਾਨੂੰ ਪੈਨਟੜੇ ਬਦਲਨੇ ਪੈਂਦੇ ਆ ਤੁਹਾਨੂੰ ਆਪਣੀਆਂ ਰਣਨੀਤਿਕ ਅਪਰੋਚਾਂ ਜਿਹੜੀਆਂ ਨੇ ਉਹ ਦੇਖਣੀਆਂ ਪੈਂਦੀਆਂ ਨੇ ਅੱਜ ਅੱਜ ਹੁਣ ਫੇਰ ਜਿਵੇਂ ਤੁਸੀਂ ਆਸਟ੍ਰੇਲੀਆ ਵੇਖੋ ਆਸਟ੍ਰੇਲੀਆ ਵੀ ਆਪਣੇ ਡਿਫੈਂਸ ਵਾਸਤੇ ਅੱਗੇ ਵੱਧ ਰਿਹਾ ਹੈ ਜਪਾਨ ਵੀ ਵੱਧ ਰਿਹਾ ਉਹ ਵੀ ਹੁਣ ਮਤਲਬ ਕਿ ਚਾਈਨਾ ਕਰਕੇ ਉਵਿਚਿੰਤਤ ਹੋ ਗਿਆ ਪਰ ਮੈਂ ਜੋ ਗੱਲ ਕਹਿ ਰਿਹਾ ਇਤਿਹਾਸ ਦੇ ਕੁਝ ਪਹਿਲੂ ਜਾਂ ਪੱਖ ਵਿਚਾਰ ਕੇ ਕਿ ਭਾਈ ਕੁਝ ਮੌਕਿਆਂ ਤੇ ਫਿਰ ਤੁਹਾਨੂੰ ਨਜ਼ਾਕਤ ਵੇਖਣੀ ਪੈਂਦੀ ਹੈ ਜੀ ਨਜ਼ਾਕਤ ਇਹ ਹੁੰਦੀ ਹੈ ਕਿ ਕਿਸ ਮੌਕੇ ਤੇ ਤੁਸੀਂ ਕਿਸ ਸਿਧਾਂਤ ਨੂੰ ਲੈ ਕੇ ਅੱਗੇ ਵਧਣਾ ਹੈ ਜੀ ਖੈਰ ਅੱਜ ਦਾ ਜਾਪਤਾ ਤੇ ਬੜੀਆ ਅੱਛਾ ਜਾਪਤਾ ਸੀਗਾ ਜੀ ਤਾਂ ਬਾਕੀ ਇਹਨਾਂ ਨੂੰ ਇਹ ਜਾਪਤਾ ਤੇ ਕਾਇਮ ਰੱਖਣਾ ਪਵੇਗਾ ਨਾ ਕਿਉਂਕਿ ਕੈਲੋ ਕਿ ਮੰਜ਼ਲ ਅਸੰਭਵ ਅਸੰਭਵ ਨਹੀਂ ਹੁੰਦੀ ਕੋਈ ਵੀ ਪਰ ਰਸਤੇ ਕਈ ਵਾਰ ਬਹੁਤ ਲੰਬੇ ਬਹੁਤ ਔਖਿਆਰੇ ਹੁੰਦੇ ਨੇ ਉਹਨਾਂ ਵਾਸਤੇ ਤਿਆਰੀ ਤੁਹਾਨੂੰ ਫਿਰ ਉਸ ਪੱਧਰ ਦੀ ਰੱਖਣੀ ਪਊਗੀ ਜੀ ਜੀ ਬਿਲਕੁਲ ਬਿਲਕੁਲ ਕਿਉਂਕਿ ਸਤਾਤਰੀ ਤੇ ਰਹਿ ਜਾਏਗਾ ਉਹ ਵੀ ਉਸੇ ਤਰ੍ਹਾਂ ਦੇ ਨਾਲ ਤਾਰਬੰਦੀ ਕਰਨਗੇ ਜਿਵੇਂ ਦਿੱਲੀ ਦੇ ਵਿੱਚ ਆਪਾਂ ਦੇਖਦੇ ਸੀਗੇ ਇਧਰ ਜਦੋਂ ਮੈਂ ਇੱਕ ਦੋ ਕਮੈਂਟ ਲੈ ਲਿਆ ਇੱਕ ਦੋ ਵੀਰ ਕਹਿ ਰਹੇ ਨੇ ਕਿ ਆਵਾਜ਼ ਨਹੀਂ ਆ ਰਹੀ ਜੀ ਮੇਰੇ ਖਿਆਲ ਨਾਲ ਸਾਡੇ ਵਾਲੀ ਸਾਈਡ ਤੋਂ ਕੋਈ ਦਿੱਕਤ ਨਹੀਂ ਹੈ ਠੀਕ ਹੈ ਬਿਲਕੁਲ ਤੁਸੀਂ ਜਰਾ ਆਪਣੇ ਵਾਲੇ ਪਾਸੇ ਜ਼ਰੂਰ ਦੇਖ ਲਓ ਇੱਕ ਵਾਰੀ ਧਿਆਨ ਦੇ ਲਓ ਕਿਉਂਕਿ ਅ ਅੱਛਾ ਆ ਗਈ ਇਹ ਆਵਾਜ਼ ਮੈਨੂੰ ਲੱਗਦਾ ਸ਼ਾਇਦ ਤੁਹਾਡੀ ਵਾਜ ਹੀ ਬੰਦ ਹੋਣੀ ਹੈ ਬਈ ਨਹੀਂ ਤਾਂ gadbad ਕੋਈ ਨਹੀਂ ਸਕਦਾ ਕਿਤੇ ਉਹ ਕੱਟਦੇ ਨੇ ਕਿਤੇ ਕਈ ਵਾਰ ਮੈਨੂੰ ਵੀ ਭਲੇਖਾ ਪੈ ਜਾਂਦਾ ਹੁੰਦਾ ਆਵਾਜ਼ ਬੰਦ ਕੀ ਹੋ ਗਿਆ ਮੈਂ ਤਾਂ ਇਹ ਖੜਕਾਈ ਜਾਂਦਾ ਉਹ ਜਿਵੇਂ ਪੁਰਾਣੀਆਂ ਟੇਪਰ ਖਾਟਾਂ ਹੁੰਦੀਆਂ ਸੀਗਾ ਨਾ ਜੀ ਤੇ ਉਹ ਕਈ ਵਾਰ ਨਾ ਹੁੰਦੀਆਂ ਤੇ ਦੇਸੀ ਜਿਹਾ ਜਗਾੜ ਹੀ ਹੁੰਦਾ ਸੀ ਟਰ ਗਿਆ ਜੀ ਤੇ ਉਹ ਮਤਲਬ ਕਿ ਸਪੀਕਰ ਸਪੋਕਰ ਦੀ ਤਾਰ ਹਿੱਲੇ ਜਾਂਦੀ ਤੇ ਜ਼ੋਰ ਦੀ ਨਾ ਖੜਖੜਕ ਚਪੇੜ ਜੀ ਮਾਰਨੀ ਉਹ ਫਿਰ ਚੱਲ ਪੈਣੇ ਗਾਣੇ ਤੇ ਉਹ ਕਈ ਵਾਰ ਇਹਦਾ ਵੀ ਭਲੇਖਾ ਪੈ ਜਾਂਦਾ ਆਵਾਜ਼ ਉਹ ਕਿਤੇ ਬਟਨ ਜਾਂ ਨਾ ਪੈ ਜਾਂਦਾ ਉਹ ਆਕੀ ਦਾ ਲਾ ਕੇ ਕੀ ਯਾਰ ਕੀ ਹੋ ਗਿਆ ਇਹਨੂੰ ਰੀਲ ਕੱਢ ਕੇ ਥੁੱਕ ਤੱਕ ਦੇ ਲਾ ਕੇ ਚਲਾ ਲੈਂਦੇ ਸੀਗੇ ਹਾਂਜੀ ਉਹ ਤੇ ਹੁੰਦਾ ਹੀ ਸੀਗਾ ਉਹ ਕੈਸਟ ਕੱਢ ਕੇ ਤੇ ਹਾਂ ਉਹ ਬੋਸ਼ ਹੁੰਦਾ ਸੀ ਉਹਦੇ ਥੱਲੇ ਜੀ ਇੱਕ ਨਾ ਥੱਲੇ ਗੁੱਦ ਜੀ ਲੱਗੀ ਹੁੰਦੀ ਸੀ ਮਮੂਲੀ ਜੀ ਕੈਸਟ ਕਲਚਰ ਦੀ ਗੱਲ ਕਰ ਰਹੇ ਆ ਜਦੋਂ ਕੈਸਟ ਕਲਚਰ ਹੁੰਦਾ ਸੀਗਾ ਤੇ ਉਹ ਨੂੰ ਫਿਰ ਮਤਲਬ ਕਿ ਕਿਤੇ ਆਵਾਜ਼ ਉਹਨਾਂ ਰੀਲ ਦੇ ਖਰਾਬ ਹੋਣਾ ਅਸੀਂ 20 ਰੁਪਏ ਲਾ ਕੇ ਕਹਿੰਦੇ ਸੀ ਸਾਰੀ ਜ਼ਿੰਦਗੀ ਚੱਲੀ ਜਾਵੇ ਜੀ ਅੱਛਾ ਅੱਜ ਵਾਲੀ ਰੀਲ ਨਹੀਂ ਉਹ ਰੀਲ ਹੋਰ ਹੁੰਦੀ ਸੀਗੀ ਕੈਸਟ ਜਿਹਨੂੰ ਆਪਾਂ ਕਹਿੰਨੇ ਆ ਤੇ ਉਹ ਫਿਰ ਕੱਢ ਕੇ ਤੇ ਥੁੱਕ ਜੀ ਲਾ ਕੇ ਤੇ ਵਜਾਉਣਾ ਤੋਂ ਕਈ ਵਾਰ ਚੱਲ ਪੈਣੀ ਵਧੀਆ ਉਹਦੀ ਆਵਾਜ਼ ਕੁਆਲਿਟੀ ਜਿਹੜੀ ਸੀਗੀ ਨਾ ਉਹ ਅੱਛੀ ਹੋ ਜਾਣੀ ਜੀ 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 ਬਿਲਕੁਲ ਜੀ ਇਧਰੋਂ ਉੱਪਰੋਂ ਇੱਕ ਕਮੈਂਟ ਆ ਰਿਹਾ ਸੀਗਾ ਜੀ ਜਸਕਰ ਟੈਲੀ ਕਰੇ ਕਿ ਚੰਡੀਗੜ੍ਹ ਦੇ ਵਿੱਚ ਹਰੇਕ ਚੌਕ ਦੇ ਵਿੱਚ ਸੀਸੀਟੀਵੀ ਲੱਗੀ ਹੈ ਜੀ ਤੇ ਸਿੰਘਾਂ ਦੀਆਂ ਗਤੀਵਿਧੀਆਂ ਜਿਹੜੀਆਂ ਸਾਰੀਆਂ ਉਹ ਰਿਕਾਰਡ ਹੋਉਂਗਾ ਤੇ ਚੰਡੀਗੜ੍ਹ ਪੁਲਿਸ ਨੇ ਕੱਲ ਜਿਹੜੀਆਂ ਵੀਡੀਓ ਉਹ ਰਿਕਾਰਡਿੰਗ ਵੀ ਜਾਰੀ ਕਰ ਦਿੱਤੀਆਂ ਜੀ ਹਾਂ ਜੀ ਕੀਤੀਆਂ ਨੇ ਉਹ ਤੇ ਦੇਖੋ ਆਪ ਇਸ ਪ੍ਰੋਗਰਾਮ 'ਚ ਵਿਚਾਰਿਆ ਸੀਗਾ ਕਿ ਤੁਹਾਨੂੰ ਵੇਖਣਾ ਪਵੇਗਾ ਨਿਹੰਗ ਸਿੰਘ ਮੈਂ ਕਦੇ ਵੀ ਮਤਲਬ ਕਿ ਇਸ ਚੀਜ਼ ਦੇ ਹੱਕ ਦੇ ਵਿੱਚ ਨਹੀਂ ਆ ਕਿ ਅਸੀਂ ਤੈਅ ਕਰਨ ਬੈჯੀਏ ਕਿ ਕੌਣ ਕਿਸ ਮੋਰਚੇ 'ਚ ਜਾਵੇ ਜਾਂ ਨਾ ਜਾਵੇ ਜੀ ਅਸੀਂ ਰੋਕ ਵੀ ਨਹੀਂ ਸਕਦੇ ਅਸੀਂ ਨਹੀਂ ਰੋਕ ਸਕਦੇ ਜੀ ਸਾਰੇ ਜਨ ਨਿਹੰਗ ਸਿੰਘ ਕਹ ਲਓ ਕਿ ਸਾਡੇ ਸ਼ਾਨਾਮਤ ਇਤਿਹਾਸ ਦਾ ਹੀ ਨਹੀਂ ਸਾਡੇ ਅਜੋਕੇ ਦੌਰ ਦਾ ਵੀ ਕਹਿ ਲੋ ਕਿ ਬਹੁਤ ਵਧੀਆ ਸ਼ਿੰਗਾਰ ਨੇ ਜੀ ਅਸੀਂ ਦੇਖ ਸਕਦੇ ਸਾਡਾ ਜਿਹੜਾ ਸੱਭਿਆਚਾਰ ਹੈ ਸਾਡਾ ਜਿਹੜਾ ਸਮਾਜ ਹੈ ਉਹਦਾ ਸ਼ਿੰਗਾਰ ਨੇ ਇੱਕ ਜੀ ਪਰ ਮਤਲਬ ਕਿ ਹੁਣ ਦੇਖੋ ਗੁਰੂ ਗਿਆ ਲਾਡ ਲਿਆ ਹੋ ਜਾ ਇਹਨਾਂ ਨੇ ਤਾਂ ਖੰਡਾ ਖੜਕਾਉਣਾ ਹੀ ਆ ਜੀ ਮਤਲਬ ਕਿ ਤੁਸੀਂ ਗੱਲਬਾਤ ਕਰਕੇ ਤੁਸੀਂ ਵੇਖਣਾ ਕਿ ਬਾਈ ਡਿਊਟੀ ਕਿੱਥੇ ਲੱਗੇ ਜੀ ਇਹ 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 ਗੱਲਬਾਤ ਜਿਹੜੀ ਹੈ ਨਾ ਉਹ ਤੁਹਾਨੂੰ ਆਪ ਹੀ ਨਿਜਠਣੀ ਪਵੇਗੀ ਵਿਉਂਤ ਨਹੀਂ ਪਵੇਗੀ ਜੀ ਜਾਂ ਕੋਈ ਸ਼ਰਾਰਤੀ ਜਾਂ ਢਕਾਉ ਅੰਸਰ ਕੋਈ ਮਤਲਬ ਕਿ ਖਰਾਬਾ ਨਾ ਕਰ ਜਾਵੇ ਤੁਹਾਨੂੰ ਧਿਆਨ ਰੱਖਣਾ ਪਵੇਗਾ ਜੀ ਧਿਆਨ ਰੱਖਣਾ ਪਵੇਗਾ ਇਹ ਬਹੁਤ ਜ਼ਰੂਰੀ ਆ ਬਿਲਕੁਲ ਬਿਲਕੁਲ ਇਹ ਲੜਾਈ ਆ ਇਹ ਕੋਈ ਐਵੇਂ ਗੱਲਾਂ ਨਹੀਂ ਹੈਗੀਆਂ ਕਿ ਤੁਸੀਂ ਪਿੰਡ ਦੇ ਮੂੜ ਤੇ ਚਾਰ ਮੁੰਡੇ ਰਲ ਕੇ ਉੱਥੇ ਮਸਟੰਡੇ ਰਲ ਕੇ ਜਿਹੜੇ ਆ ਉਹ ਆਪਣੀਆਂ ਗੋਂਦਾ ਗੁੰਦੀ ਜਾਵੇ ਇਹ ਲੜਾਈ ਆ ਲੜਾਈ ਕਿਹਦੇ ਨਾਲ ਆ ਵੇਖੋ ਤੇ ਸਹੀ ਜੀ ਸਟੇਟ ਨਾਲ ਲੜਾਈ ਆ ਤੇ ਸਟੇਟ ਇੰਡੀਆ ਸਟੇਟ ਡੀਪ ਸਟੇਟ ਇਦਾਂ ਦੀਆਂ ਨੇ ਜਿੱਦਾਂ ਮਤਲਬ ਕਿ ਤੁਸੀਂ ਸਮਝ ਲਓ ਕਿ ਕਈ ਮੁਲਕਾਂ ਦੇ ਵਿੱਚ ਜਾ ਕੇ ਇਹ ਐਕਸ਼ਨ ਕਰਵਾ ਦਿੰਦੇ ਨੇ ਜੀ ਬਹੁਤ ਵੱਡੀਆਂ ਜੜ੍ਹਾਂ ਨੇ ਡੂੰਘੀਆਂ ਜੜ੍ਹਾਂ ਨੇ ਜੀ ਠੀਕ ਹੈ ਨਾ ਜੀ ਸੋ ਇਸ ਕਰਕੇ ਬਿਲਕੁਲ ਇਹਨਾਂ ਦੀ ਗੱਲ ਜਿਹੜੀ ਆ ਵਾਜ਼ਬ ਆ ਕਿ ਉਹ ਤਾਂ ਫਿਰ ਨੈਰੇਟਿਵ ਬਣਾਉਣਗੇ ਬਣਾਉਣਗੇ ਤੁਸੀਂ ਦੇਖੋ ਨਾ ਕਿ ਅੱਜ ਤੁਸੀਂ ਆਪੇ ਹੀ বুঝ ਜਾਣਾ ਕੁਝ ਚੈਨਲ ਨੇ ਜਿਨ੍ਹਾਂ ਨੇ ਸਵੇਰ ਤੋਂ ਇਹ ਕੰਮ ਸਟਾਰਟ ਕਰ ਰੱਖਿਆ ਸੀ ਕੱਲ ਤੋਂ ਹੀ ਵੈਸੇ ਤਾਂ ਇਨਫੈਕਟ ਕੱਲ ਸ਼ਾਮੀ ਜਰੋਪਾ ਵੇਲੇ ਵੀ ਹੋ ਗਿਆ ਜੀ ਤਾਂ ਉਹ ਦੇਖੋ ਕਿਸ ਤਰ੍ਹਾਂ ਪਲੇ ਕਰ ਰਹੇ ਨੇ ਮਤਲਬ ਕਿ ਤੁਹਾਨੂੰ ਸਾਫ਼ ਨਜ਼ਰ ਆਏਗਾ ਕਿ ਉਹ ਸਟੇਟ ਦਾ ਪੱਖ ਜ਼ਿਆਦਾ ਪੂਰ ਰਹੇ ਨੇ ਜੀ ਪੰਜਾਬ ਸਰਕਾਰ ਨੂੰ ਕੋਈ ਸਵਾਲ ਨਹੀਂ ਕਰ ਰਹੇ ਨੇ ਜੀ ਜਿਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਕਿਸੇ ਵੀ ਸੰਘਰਸ਼ ਨੂੰ ਉਸ ਪੱਧਰ ਤੇ ਨਾ ਪਹੁੰਚਣ ਦਿੱਤਾ ਜਾਵੇ ਜਿਸ ਪੱਧਰ ਤੇ ਅਸੀਂ ਨੁਕਸਾਨ ਦਾ ਇਮਕਾਨ ਜਿਹੜਾ ਉਹ ਗਣੀਏ ਜੀ ਅੰਦੇਸ਼ਾ ਵੀ ਜਿੱਥੇ ਹੋਵੇ ਉਹ ਕਦੇ ਹੋਣਾ ਹੀ ਨਹੀਂ ਚਾਹੀਦਾ ਤਾਂ ਮਤਲਬ ਕਿ ਉਹ ਸਾਰਾ ਕੁਝ ਉਸੇ ਤਰ੍ਹਾਂ ਇੱਕ ਸਕ੍ਰਿਪਟਡ ਚੀਜ਼ ਹੁੰਦੀ ਹੈ ਜੀ ਕਿ ਲੋਕਾਂ ਦੇ ਜ਼ਿਹਨ ਚ ਡਰ ਬਿਠਾਇਆ ਜਾਵੇ ਕਿ ਇਹ ਤਾਂ ਬਈ ਬਹੁਤ ਖਤਰਨਾਕ ਲੋਕ ਜੁੜ ਬੈਠੇ ਨੇ ਜੀ ਇਹਨਾਂ ਦੇ ਨਾਲ ਜੁੜਨ ਦਾ ਮਤਲਬ ਇਹ ਹੋਏਗਾ ਕਿ ਬਹੁਤ ਗਲਤ ਹੋਏਗਾ ਵੈਸੇ ਤੁਸੀਂ ਦੇਖੋਗੇ ਤਾਂ ਖਾਲਿਸਤਾਨ ਵਾਲਾ ਮੁੱਦਾ ਉਹ ਉਵਾਰਿਆ ਗਿਆ ਪ੍ਰਚਾਰਿਆ ਗਿਆ ਫਿਰ ਉਹਦੇ ਤੇ ਆਪਾਂ ਦੱਸਿਆ ਸੀਗਾ ਕਿ ਕਿਸ ਤਰ੍ਹਾਂ ਮੂਰਚੇ ਨੇ ਇਸ ਗੱਲ ਨੂੰ ਭਾਂਪ ਲਿਆ ਕਿ ਇਹ ਚੀਜ਼ ਜਿਹੜੀ ਆ ਉਹ ਕੱਲ ਨੂੰ ਸਾਡੀ ਜਿਹੜੀ سپورਟ ਆ ਸਾਡਾ ਜਿਹੜਾ ਸਮਰਥਨ ਹੈ ਉਹਨੂੰ ਪ੍ਰਭਾਵਿਤ ਕਰ ਸਕਦੀ ਆ ਤਾਂ ਫਿਰ ਉਹਨਾਂ ਨੇ ਉਹ ਇੱਕ ਲੈਟਰ ਦੇ ਜ਼ਰੀਏ ਸਾਰੀਆਂ ਚੀਜ਼ਾਂ ਸਾਫ਼ ਕੀਤੀਆਂ ਜਾਂ ਕਰਵਾਈਆਂ ਜੀ ਤਾਂ ਇਸ ਤਰ੍ਹਾਂ ਮਤਲਬ ਕਿ ਉਹ ਰਾਨੈਟਿਕ ਅਪਰੋਚ ਹੁੰਦੀ ਹੈ ਨਾ ਤਾਂ ਤੁਹਾਨੂੰ ਵੇਖਣਾ ਪਵੇਗਾ ਅੱਜ ਅੱਜ ਵੀ ਮੈਂ ਦੇਖ ਰਿਹਾ ਸੀ ਕੁਝ ਚੈਨਲ ਜਿਹੜੇ ਆ ਪੂਰਾ ਮਤਲਬ ਕਿ ਵਨ ਸਾਈਡਡ ਹੋ ਕੇ ਪੂਰਾ ਪ੍ਰੋਸ ਰਹੇ ਨੇ ਸਾਰੀਆਂ ਚੀਜ਼ਾਂ ਨੂੰ ਚਲੋ ਠੀਕ ਆ ਗਲਤ ਹੋਇਆ ਐਸੀ ਗਲਤੀ ਹੋਣੀ ਵੀ ਨਹੀਂ ਚਾਹੀਦੀ ਐਸੀ ਨੌਬਤ ਤਾਂ ਆਉਣੀ ਵੀ ਨਹੀਂ ਚਾਹੀਦੀ ਪਰ ਉਹ ਪੱਥਰ ਕੌਣ ਚਲਾ ਗਿਆ ਜੀ ਤੀਸਰੇ ਪਾਸਿਓਂ ਇੱਕ ਬੜਾ ਵੱਡਾ ਸਵਾਲ ਆ ਕਿਉਂਕਿ ਜਿਹੜੇ ਉੱਥੇ ਲੋਕ ਸੀ ਉਹ ਕੱਲ ਆਪਣੇ ਕਮੈਂਟ ਵੀ ਕੀਤਾ ਕਿਸੇ ਨੇ ਕਹਿੰਦੇ ਕਿ ਵੀ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਕਿਹੜੇ ਪਾਸਿਓਂ ਆਏ ਕਿਹੜੇ ਪਾਸਿਓਂ ਆ ਰਿਹਾ ਦੱਸਦੇ ਇਹ ਆ ਕਿ ਇੱਕ ਪਾਰਕ ਦੇ ਲਾਗੇ ਕੋਈ ਬੰਦੇ ਜੁੜੇ ਨੇ ਉੱਥੇ ਜੀ ਇਹ ਦੇਖਣ ਵਾਲੀਆਂ ਗੱਲਾਂ ਹੁਣ ਹੈ ਕੌਣ ਉੱਥੇ ਤਾਂ ਪੈਰ ਪੈਰ ਤੇ ਫਿਰ ਸੀਸੀਟੀਵੀ ਲੱਗੇ ਆ ਉਹ ਵੀ ਦੇਖਣਾ ਚਾਹੀਦਾ ਹੈ ਨਾ ਕੌਣ ਨੇ ਜੀ ਤੇ ਉਹ ਕੀ ਇਸੇ ਤਾਕ ਦੇ ਵਿੱਚ ਸਨ ਕਿ ਇੱਥੇ ਇਕੱਠ ਹੋਏਗਾ ਸਾਈਡ ਤੋਂ ਪੱਥਰਬਾਜ਼ੀ ਕੀਤੀ ਜਾਏ ਕਿ ਭੜਕਣਗੇ ਤੇ ਉਸ ਤੋਂ ਬਾਅਦ ਕੋਈ ਦੰਗਾ ਫਸਾਦ ਹੋਏਗਾ ਜੀ ਗੱਲ ਤਾਂ ਫਿਰ ਉਹੀ ਆ ਗਈ ਨਾ ਕਿ ਤੁਹਾਨੂੰ ਇੰਨਾਂ ਚਾਲਾਂ ਨੂੰ ਸਮਝਣਾ ਪਵੇਗਾ ਸੁਚੇਤ ਰਹਿ ਕੇ ਇਹਨਾਂ ਨਾਲ ਨਜਿੱਠਣਾ ਪਵੇ ਜੀ 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 ਬਿਲਕੁਲ ਬਿਲਕੁਲ ਜੀ ਜਿੱਦਾਂ ਐਫ ਆਈ ਆਰ ਚ ਮੈਨੂੰ ਤੁਸੀਂ ਦਰਸਤ ਵੀ ਕਰ ਦਿਓ ਕਿ ਉਹਦੇ ਵਿੱਚ ਹੁਣ ਜਿੱਦਾਂ ਲਿਖਿਆ ਸੀ ਕਿ ਭਾਈ ਅਸੀਂ ਬਾਅਦ ਦੇ ਵਿੱਚ ਜਿਟਿੰਗਾਂ ਨੇ ਉਹ ਕਹਿ ਲਓ ਕਿ ਪਾਣੀ ਦੀ ਬਿਛੜਾਂ ਕੀਤੀਆਂ ਨੇ ਜਦੋਂ ਇਹ ਮਤਲਬ ਚਾੜਾ ਨਹੀਂ 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 ਉਹ ਤਾਂ ਐਫ ਆਈ ਆਰ ਤਾਂ ਉਹਨਾਂ ਦਾ ਕਹਿ ਲਓ ਕਿ ਆਪਣਾ ਇੱਕ ਤਰ੍ਹਾਂ ਨਾਲ ਐਸਾ ਪਲੇਟਫਾਰਮ ਹੁੰਦਾ ਜਿੱਥੇ ਉਹਨਾਂ ਨੇ ਆਪਣੇ ਮਨਮਰਜ਼ੀ ਦੇ ਮੁਤਾਬਕ ਖੇਡਣਾ ਹੁੰਦਾ ਹੈ ਜੀ ਤਾਂ ਉਹ ਤਾਂ ਹੁਣ ਕਹੂਗੇ ਕਹੂਗੇ ਇਹ ਆਪਾਂ ਨੂੰ ਵੀ ਪਤਾ ਕਿ ਲਾਈਵ ਕਵਰੇਜ ਹੋ ਰਹੀ ਸੀਗੀ ਜੀ ਗਰਾਉਂਡ ਜ਼ੀਰੋ ਤੋਂ ਤਾਂ ਪਾਣੀ ਦੀਆਂ ਵਾਛੜਾਂ ਪਹਿਲਾਂ ਹੀ ਸ਼ੁਰੂ ਹੋ ਗਈਆਂ ਸੀਗੀਆਂ ਜੀ ਉਦੋਂ ਬਾਅਦ ਹਲਕਾ ਹਲਕਾ ਲਾਠੀ ਚਾਰਜ ਵੀ ਹੋ ਗਿਆ ਸੀ ਉਹਨਾਂ ਨੇ ਆਪਣੇ ਐਫਆਈਆਰ 'ਚ ਲਿਖਿਆ ਵਾ ਪਰ ਉਹਨਾਂ ਨੇ ਆਪਣੇ ਹਿਸਾਬ ਨਾਲ ਲਿਖਿਆ ਕਿ ਮੈਜਿਸਟਰੇਟ ਨੇ ਜਦੋਂ ਹੁਕਮ ਕਰ ਦਿੱਤਾ ਜੀ डीएम अवेलेबल इथੋਂ ਤੱਕ ਕਿ ਕੱਲ ਪੁਲਿਸ ਦੇ ਕਿਸੇ ਤਰਜਮਾਨ ਨੇ ਇੱਕ ਬਹੁਤ ਵੱਡੇ ਅਖਬਾਰ ਨੂੰ ਜਿਹੜਾ ਆਪਣਾ ਵਰਜ਼ਨ ਦਿੱਤਾ ਵਾ ਉਹਦੇ ਚ ਤੋ ਕਹਿ ਰਿਹਾ ਕਿ ਸਾਡੇ ਕੋਲ ਤੇ ਮਤਲਬ ਕਿ लाठी चार्ज ਦੇ ਆਰਡਰ ਹੀ ਐ ਨਹੀਂ ਸੀਗੇ ਇਹ ਵੀ ਦਿਲਚਸਪ ਹੈ ਜੀ ਤਾਂ ਅੱਜ ਐਫ ਆਈ ਆਰ ਦੇ ਵਿੱਚ ਮੈਂ ਪੜਿਆ ਤਾਂ ਉਹ ਕਹਿੰਦੇ ਕਿ ਸਾਡੇ ਕੋਲ ਆਰਡਰਸ ਹਨ ਆਰਡਰਾਂ ਦੇ ਮੁਤਾਬਕ ਕਾਰਵਾਈ ਕੀਤੀ ਤਾਂ ਠੀਕ ਹੈ ਮੈਜਿਸਟ੍ਰੇਟ ਤੇ ਮੌਕੇ ਤੇ ਹੋਏਗਾ ਨਾ ਜੀ ਇਦੇ ਵਿੱਚ ਕੋਈ ਸ਼ੱਕ ਨਹੀਂ ਹੈ ਪਰੰਤੂ ਜੋ ਤੁਸੀਂ ਇਹ ਕਹਿ ਰਹੇ ਹੋ ਕਿ ਅਸੀਂ ਬਾਅਦ ਦੇ ਵਿੱਚ ਬਾਅਦ ਦੇ ਵਿੱਚ ਨਹੀਂ ਉਹ ਮਾੜਾ ਮੋਟਾ ਜਦੋਂ ਉਹਨਾਂ ਨੇ ਅੱਗੇ ਵਧਣਾ ਸਟਾਰਟ ਕੀਤਾ ਤੁਸੀਂ ਉਦੋਂ ਹੀ ਹਲਕਾ ਕਹਿ ਲੋ ਜਾਂ ਕਾਫੀ ਵੱਡਾ ਬਲ ਪ੍ਰਯੋਗ ਜਿਹੜਾ ਹੈ ਉਹ ਕਰ ਦਿੱਤਾ ਇਹਨਾਂ ਦੀ ਭਾਸ਼ਾ 'ਚੋਂ ਹਲਕਾ ਹੈ ਜੀ ਪਰ ਆਪਾਂ ਦੇਖਿਆ ਕਿਉਂਕਿ ਪੱਗਾਂ ਵਗੈਰਾ ਉਤਰ ਗਈਆਂ ਸਨ ਕੁਝ ਲੋਕ ਕੈਮਰੇ ਦੇ ਸਾਹਮਣੇ ਵੀ ਆਏ ਸਨ ਜੀ 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 ਤੇ ਕੁਝ ਨੇ ਉਦੋਂ ਹੀ ਸ਼ਿਕਾਇਤ ਕਰਨੀ ਸਟਾਰਟ ਕਰ ਦਿੱਤੀ ਸੀਗੀ ਕਿ ਸਾਡੇ ਤੇ ਪੱਥਰਬਾਜ਼ੀ ਹੋਈ ਹੈ ਜੀ ਉੱਥੋਂ ਹੀ ੜਕਾਹਟ ਜਿਹੜੀ ਹੈ ਉਹ ਫਿਰ ਵੱਦੀ ਤੁਰ ਗਈ ਹੈ ਜੀ 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 ਬਿਲਕੁਲ ਬਿਲਕੁਲ ਜੀ ਕਹਿੰਦੇ ਜੀ 307 ਵੀ ਲਾਈ ਗਈ ਹੈ ਹਾਂ ਜੀ ਪਹਿਲੇ ਇਸੀ ਗੱਲ ਕਰ ਚੁੱਕੇ ਰਹੇ ਤੇ ਉਧਰੋਂ ਮਿੰਟੂ ਜੀ ਸਰਕਾਰ ਵਾਲੇ ਪਾਸੇ ਤਾਂ ਕੋਈ ਪੱਖ ਨਹੀਂ ਹੈ ਤੇ ਸਰਕਾਰ ਕੋਈ ਵੜਵਲੇਵਾ ਤਾਂ ਨਹੀਂ ਪਾ ਰਹੀ ਇਸ ਮਸਲੇ ਦੇ ਵਿੱਚ ਨਹੀਂ ਸਰਕਾਰ ਤਾਂ ਕੋਈ ਖੁੱਲ ਕੇ ਬਿਆਨ ਨਹੀਂ ਦੇ ਰਹੀ ਇਸ ਮੋਰਚੇ ਦੇ ਬਾਬਤ ਹੀ ਅਜੇ ਤੱਕ ਤੁਸੀਂ ਦੇਖੋਗੇ ਕਿ ਕੋਈ ਉਹਨਾਂ ਨੇ ਆਪਣਾ ਆਫੀਸ਼ੀਅਲੀ ਸਟੈਂਡ ਜਿਹੜਾ ਉਹ ਕਲੀਅਰ ਨਹੀਂ ਕੀਤਾ ਤੇ ਕੀ ਉਹ ਮੋਰਚੇ ਦੀਆਂ ਮੰਗਾਂ ਦੇ ਨਾਲ ਸਹਿਮਤ ਨੇ ਜੀ ਜੋ ਸਹਿਮਤ ਨੇ ਤਾਂ ਕਿਸ ਹੱਦ ਤੱਕ ਸਹਿਮਤ ਨੇ ਜੇ ਉਹ ਸਹਿਮਤ ਨੇ ਤਾਂ ਕਿੱਥੋਂ ਤੱਕ ਉਹ ਸਾਥ ਦੇ ਸਕਦੇ ਆ ਕਿੱਥੋਂ ਤੱਕ ਉਹ ਕਰ ਸਕਦੇ ਆ ਜੇ ਅਸਹਿਮਤ ਨੇ ਤਾਂ ਉਹਨਾਂ ਦੇ ਪੁਆਇੰਟ ਕੀ ਨੇ ਨੁਕਤੇ ਕੀ ਨੇ ਸਹਿਮਤੀ ਦੇ ਉਹਨਾਂ ਨੇ ਹਾਲੇ ਕੁਝ ਵੀ ਕਲੀਅਰ ਨਹੀਂ ਕੀਤਾ ਹੋਏਗਾ ਜ਼ਰੂਰ ਮੇਰੇ ਖਿਆਲ ਨਾਲ ਹੁਣ ਦੇਖੋ ਇਹਨਾਂ ਕੋਲ ਸਾਰੀਆਂ ਰਿਪੋਰਟਾਂ ਆਉਂਦੀਆਂ ਨੇ ਖੁਫੀਆ ਰਿਪੋਰਟਾਂ ਆਉਂਦੀਆਂ ਨੇ ਜੀ ਹੁਣ ਇਹਨਾਂ ਨੂੰ ਲੱਗੇਗਾ ਕਿ ਜੇ ਇਸ ਤਰ੍ਹਾਂ ਦੀ ਕੋਈ ਮਤਲਬ ਕਿ ਥੱਲੇ ਇਹਲੇ ਪਦਰ ਤੇ ਕੋਈ ਬੇਚਾਨੀ ਫਸਰਦੀ ਹੈ ਤਾਂ ਉਹਦਾ ਨੁਕਸਾਨ ਹੋ ਸਕਦਾ ਹੈ ਜੀ ਹੁਣ ਹੋ ਸਕਦਾ ਹੈ ਕਿ ਮੋਰਚੇ ਦੀ ਸਟਰੈਂਥ ਦੇ ਮੱਦੇ ਨਜ਼ਰ ਜਾਇ ਦੀ ਚਰਚਾ ਦੇ ਮੱਦੇ ਨਜ਼ਰ ਕਿਉਂਕਿ ਮੋਰਚਾ ਹੁਣ ਇੱਕਦਮ ਚਰਚਾ ਚ ਵੀ ਬਹੁਤ ਆ ਗਿਆ ਨਾ ਜੀ ਟ੍ਰੈਂਡਿੰਗ ਚ ਵੀ ਆ ਗਿਆ ਜੀ ਤਾਂ ਹੁਣ ਹੋ ਸਕਦਾ ਹੈ ਕਿ ਕੋਈ ਆਪਣਾ ਵਫਦ ਕੱਲਣ ਜਾਂ ਕੋਈ ਆਪਣਾ ਉਥੇ ਪ੍ਰਪੋਜ਼ਲ ਪੇਜਨ ਕੁਛ ਨਾ ਕੁਛ ਹੋ ਲੱਗਦਾ ਹੈ ਕਿ ਸਰਗਰਮੀ ਵਧੇਗੀ ਜੀ 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 ਬਿਲਕੁਲ ਬਿਲਕੁਲ ਜੀ ਬਲਵਿੰਦਰ ਜੀ ਕਰਿਆ ਕਿ ਚੰਡੀਗੜ੍ਹ ਪੁਲਿਸ ਨੇ ਤਾਂ ਖਾਲਸਤਾਨੀ ਮੋਰਚਾ ਦੱਸ ਦਿੱਤਾ ਜੀ ਖਾਲਸਤਾਨੀ ਮਿਲਰਾ ਪ੍ਰੋ ਖਾਲਸਤਾਨੀ ਜਥੇਬੰਦੀਆਂ ਕਿਹਾ ਨਾ ਉਹਨਾਂ ਨੇ ਸ਼ਾਇਦ ਹਾਂ ਜੀ ਕੁਝ ਜਥੇਬੰਦੀਆਂ ਦਾ ਉਹਨਾਂ ਨੇ ਸਿਕਰ ਕੀਤਾ ਕਿ 7-8 ਜਥੇਬੰਦੀਆਂ ਹਨ ਤੇ ਇਹਦੇ ਵਿੱਚ ਮੋਰਚੇ ਨੇ ਤਾਂ ਸਾਫ਼ ਕਰ ਦਿੱਤਾ ਜੀ ਆਪਾਂ ਜ਼ਿਕਰ ਕੀਤਾ ਇਹਦਾ ਕਿ ਲੈਟਰ ਬਕਾਇਦਾ ਜਿਹੜਾ ਉਹਦੇ ਤੇ ਪੀਸੀ ਕੀਤੀ ਗਈ ਹੈ ਕਿ ਭਾਈ ਸਾਡਾ ਨਿਸ਼ਾਨਾ ਸਿਰਫ ਤੇ ਸਿਰਫ ਜੋ ਤਿੰਨ ਮੁੱਦੇ ਨੇ ਹਨ ਉਹਨਾਂ ਦਾ ਹੈ ਜੀ ਹੋਰ ਤਾਂ ਇੱਥੋਂ ਤੱਕ ਕਿ ਸਟੇਜ ਤੋਂ ਵੀ ਰੋਕ ਦਿੱਤਾ ਗਿਆ ਹੈ ਜੀ ਕਿ ਚਲੋ ਦੇਖੋ ਇਹ ਤਾਂ ਹਜਰੋਂ ਮਿਲ ਖਿਆਲ ਨੂੰ ਮਾਫ ਕਰਨਾ ਟੋਕਰਿਆ ਅਮਰਤਪਾਲ ਸਿੰਘ ਉਸ ਤੋਂ ਬਾਅਦ ਹੀ ਮਿਲ ਰਸ਼ਰ ਹੋਈ ਸੀ ਪੀਸੀ ਕੁਝ ਵਿਵਾਦ ਹੋ ਗਏ ਸਨ ਸਟੇਜ ਤੇ ਵਡਾਲਾ ਸਾਹਿਬ ਤੇ ਅਮਰਤਪਾਲ ਸਿੰਘ ਜੀ ਦਾ ਉਹ ਤੁਹਾਨੂੰ ਪਤਾ ਹੀ ਆਪਸ ਦੇ ਵਿੱਚ ਹੋਇਆ ਜੀ ਤਾਂ ਉਹ ਜਿਹੜਾ ਵਿਵਾਦ ਸੀਗਾ ਉਸ ਤੋਂ ਬਾਅਦ ਹੀ ਇਹ ਕਦਮ ਚੁੱਕਿਆ ਗਿਆ ਸੀਗਾ ਉਹ ਕਾਫੀ ਜਾਨੀ ਮੀਡੀਆ ਨੇ ਫਿਰ ਤੁਹਾਨੂੰ ਪਤਾ ਮੀਡੀਆ ਦੀ ਅੱਜ ਕੱਲ੍ਹ ਵਿਊਜ਼ ਦੀ ਲੜਾਈ ਹੈ ਜੀ ਉਹ ਚੱਕਦੇ ਤੇ ਤੱਤੇ ਤੱਤੇ ਉਹੋ ਬਣਾ ਕੇ ਜਿਹੜੇ ਸਰਲੇਖ ਹੁੰਦੇ ਨੇ ਜੀ ਥੰਬਨੇਲ ਜਿਹਨੂੰ ਆਪਾਂ ਆਨੇ ਆ ਜੀ ਤਾਂ ਉਸ ਤੋਂ ਬਾਅਦ ਫਿਰ ਇਹਨਾਂ ਨੇ ਨੋਟਿਸ ਕਰ ਲਿਆ ਕਿ ਲੜਾਈ ਤਾਂ ਫਿਰ ਪਟਕਵਲ ਵਧੇਗੀ ਜੀ ਇੱਥੇ ਹੀ ਪਟਕ ਪੈਣਾ ਸ਼ੁਰੂ ਹੋ ਜਾਏਗਾ ਕਿਉਂਕਿ ਦੋ ਵਿਚਾਰ ਨੇ ਨਾ ਜੀ ਇਹਨੂੰ ਸਮਝੋ ਇਹ ਕੋਈ ਟੈਬੂ ਨਹੀਂ ਹੈਗਾ ਇਹ ਰਾਜਸੀ ਵਿਚਾਰ ਨੇ ਜੀ ਇੱਕ ਵਿਚਾਰ ਇਹ ਹੈ ਕਿ ਨਹੀਂ ਅਸੀਂ ਜੂ ਸਿਸਟਮ ਹੈ ਇਹਦੇ ਵਿੱਚ ਰਹੀਏ ਵਾਧਾ ਅਧਿਕਾਰਾਂ ਦੀ ਗੱਲ ਕਰੀਏ ਜੀ ਜੀ ਇੱਕ ਕਹਿੰਦਾ ਕਿ ਨਹੀਂ ਆਪਾਂ ਸੈਪਰਡ ਹੋ ਜਾਏਗੇ ਜੀ ਆਪਾਂ ਅਡ ਹੋ ਜਾਈਏ ਉਹਨਾਂ ਨੂੰ ਹਿੰਦੀ ਵਾਲੇ ਉਹ ਕਹਿੰਦੇ ਦਿੰਦੇ ਨੇ ਨਾ ਕਈ ਵਾਰ ਸ਼ਬਦ ਅਲਗਾਵਾਦੀ ਜੀ ਇਹ ਦੋ ਵਿਚਾਰ ਨੇ ਹੁਣ ਉੱਥੇ ਦੋਨਾਂ ਵਿਚਾਰਾਂ ਦੀ ਹੀ ਇੱਕ ਤਰ੍ਹਾਂ ਨਾਲ ਜਾ ਕੇ ਕਹਿ ਲੋ ਕਿ ਇਕਤਰਤਾ ਹੈ ਜੀ ਇਕਤਰਤਾਤਾ ਸੁਭਾਵਕ ਹੈ ਨਾ ਜੀ ਕਿਉਂਕਿ ਦੋਨਾਂ ਦਾ ਕੰਸਰਨ ਇੱਕ ਤਾਂ ਸਾਂਝਾ ਹੈ ਨਾ ਜੀ ਕਿ ਠੀਕ ਹੈ ਬੰਦੀ ਸਿੰਘ ਰਿਆ ਹੋਣੇ ਚਾਹੀਦੇ ਉੱਥੇ ਤਾਂ ਕਾਮਰੇਡ ਵੀ ਕਹਿੰਦੇ ਨੇ ਜੀ ਖੱਬੇ ਪੱਖੀ ਵੀ ਕਹਿ ਦਿੰਦੇ ਨੇ ਕਿ ਹਾਂ ਭਾਈ ਇਹ ਹੋਣੇ ਚਾਹੀਦੇ ਆ ਹਾਲਾਂਕਿ ਚਲੋ ਸਟੈਂਸ ਥੋੜਾ ਥੋੜਾ ਅਲੱਗ ਹੁੰਦਾ ਕਈ ਵਾਰ ਤਕਲ ਇਹ ਹੈ ਕਿ ਉਹਦਾ ਸਾਫ ਹੈ ਸਪਸ਼ਟ ਹੈ ਕਿ ਉਸ ਵਿਚਾਰਧਾਰਾ ਵਾਲੇ ਬੰਦੇ ਵੀ ਹੋਣਗੇ ਤੇ ਵਿਰੋਧੀ ਵਿਚਾਰਧਾਰਾ ਵਾਲੇ ਵੀ ਬੰਦੇ ਹੋਣਗੇ ਪਰ ਇਹ ਹੁਣ ਜਿਹੜੀਆਂ ਸਰਕਾਰ ਦੀਆਂ ਜ਼ਿੰਮੇਵਾਰੀਆਂ ਨੇ ਉਹਦੇ ਤੋਂ ਤਾਂ ਨਹੀਂ ਭਰੀ ਹੋ ਸਕਦੇ ਨਾ ਜੀ ਜਾਂ ਪੁਲਿਸ ਨੇ ਜਿਸ ਤਰ੍ਹਾਂ ਇੱਕ ਰੋਲ ਅਦਾ ਕਰਨਾ ਉਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਥੋੜੀ ਮੁਕਤ ਹੋ ਸਕਦੇ ਆ ਜੀ ਤਾਂ ਐਫ ਆਈ ਆਰ ਜਦੋਂ ਤੁਸੀਂ ਕੱਟ ਦਿੱਤੀ ਉਹਦੇ ਚ 307 ਲਾ ਦਿੱਤੀ ਖਾਲਸਤਾਨੀ ਹੈ ਜਾਂ ਨਾ ਹੈ ਉਹ ਤਾਂ ਸੁਪਰੀਮ ਕੋਰਟ ਹੀ ਸਾਫ਼ ਕਰ ਚੁੱਕਾ ਵਾ ਤਾਂ ਉਹਦੀ ਤਾਂ ਮੰਨ ਲਓ ਕੋਈ ਆਫੈਂਸ ਵੀ ਬਣਾਉਂਦੇ ਨੇ ਤਾਂ ਉਹ 307 ਦੇ ਮੁਕਾਬਲੇ ਤਾਂ ਬਹੁਤ ਛੋਟਾ ਰਹਿ ਜਾਏਗਾ ਨਾ ਜੀ ਸਮਝਦੇ ਹੋ ਤੁਸੀਂ ਜੀ 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 ਇਸ ਕਰਕੇ ਉਹ ਚੀਜ਼ ਤੇ ਅਮੇ ਹੁਣ ਉਹਨਾਂ ਨੇ ਆਪਣੀ ਐਫ ਆਈ ਆਰ ਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਲਿਖਣੀਆਂ ਹੁੰਦੀਆਂ ਨੇ ਜੀ ਉਹਨਾਂ ਨੇ ਲਿਖ ਦਿੱਤੀਆਂ ਜੀ ਤਾਂ ਕਹਿਣ ਦਾ ਮਤਲਬ ਹੈ ਕਿ ਯੂਟੀ ਨੇ ਆਪਣੇ ਤਰ੍ਹਾਂ ਦੀ ਜੋ ਉਹਨਾਂ ਨੂੰ ਹੋਏਗਾ ਕਿਸ ਤਰ੍ਹਾਂ ਦੀ ਐਫ ਆਈ ਆਰ ਕੱਟੀ ਜਾਵੇ ਉਹਨਾਂ ਨੇ ਕੱਟ ਲਈ ਹੈ ਪਰ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਐਫ ਆਈ ਆਰ ਜਿਹੜੀਆਂ ਹੋਈਆਂ ਨੇ ਉਹ ਰੱਦ ਵੀ ਹੋ ਜਾਣ ਜੀ ਜੀ ਸੰਭਾਵਨਾ ਰਹਿੰਦੀ ਹੈ ਜੀ ਜੀ